ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂੰਗੀ ਇਹ ਵਾਲਾ ਡਿਜ਼ਾਇਨ। ਇਸ ਡਿਜ਼ਾਇਨ ਨੂੰ ਬਣਾਉਣ ਦੇ ਲਈ ਸਿਲਾਈ ਉੱਪਰ ਪੰਜ ਪੰਜ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ। ਅਤੇ ਇਹ ਡਿਜ਼ਾਇਨ ਦੀ ਸਿੱਧੀ ਸਾਈਡ ਹੈ ਅਤੇ ਇਹ ਵਾਲੀ ਉਲਟੀ ਸਾਈਡ। ਇਹ ਡਿਜ਼ਾਇਨ ਸਿੱਧੀ ਸਾਈਡ ਤੋਂ ਸਟਾਰਟ ਹੁੰਦਾ ਬਣਨਾ। ਚਲੋ ਜੀ ਮੈਂ ਤੁਹਾਨੂੰ ਦੱਸਦੀ ਹਾਂ ਡਿਜ਼ਾਇਨ ਬਣਾਉਣਾ। ਦੋ ਕੁੰਡੇ ਉਲਟੇ ਬਣਾਂਗੇ, ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ, ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ। ਜਿਹੜੇ ਇਹ ਦੋ ਕੁੰਡੇ ਨੇ ਇਹਨਾਂ ਦੀ ਕੇਬਲ ਬਦਲੀ ਕਰਾਂਗੇ। ਇਹਨਾਂ ਦੋਹਾਂ ਕੁੰਡਿਆਂ ਨੂੰ ਇਸ ਤਰ੍ਹਾਂ ਸਿਲਾਈ 'ਚੋਂ ਉਤਾਰਾਂਗੇ। ਪਹਿਲਾ ਕੁੰਡਾ ਪਿੱਛੇ ਲੈ ਜਾਂਗੇ ਅਤੇ ਪਿੱਛੇ ਵਾਲਾ ਕੁੰਡਾ ਇਸ ਤਰ੍ਹਾਂ ਅੱਗੇ, ਦੋਹਾਂ ਕੁੰਡਿਆਂ ਨੂੰ ਸਿੱਧਾ ਬੁਣਾਂਗੇ। ਧਾਗਾ ਆਪਣੀ ਸਾਈਡ, ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ, ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ। ਇਹ ਦੋ ਕੁੰਡਿਆਂ ਦੀ ਫਿਰ ਕੇਬਲ ਬਦਲੀ ਕਰਾਂਗੇ। ਦੋਹੇ ਕੁੰਡੇ ਉਲਟੇ ਬਣਾਂਗੇ, ਧਾਗਾ ਆਪਣੀ ਸਾਈਡ, ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ, ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ। ਇਹਨਾਂ ਦੋਹਾਂ ਕੁੰਡਿਆਂ ਦੀ ਫਿਰ ਕੇਬਲ ਬਦਲੀ ਕਰਾਂਗੇ। ਦੋਹੇ ਕੁੰਡਿਆਂ ਨੂੰ ਸਿੱਧਾ ਬਣਾਂਗੇ, ਧਾਗਾ ਆਪਣੀ ਸਾਈਡ, ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ, ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ। ਇਹ ਦੋ ਕੁੰਡਿਆਂ ਦੀ ਕੇਬਲ ਬਦਲੀ ਕਰਾਂਗੇ ਇਸ ਤਰ੍ਹਾਂ। ਪਿੱਛੇ ਵਾਲਾ ਕੁੰਡਾ ਅੱਗੇ, ਅੱਗੇ ਵਾਲਾ ਕੁੰਡਾ ਪਿੱਛੇ, ਦੋਹੇ ਕੁੰਡੇ ਸਿੱਧੇ ਬਣਾਂਗੇ, ਧਾਗਾ ਆਪਣੀ ਸਾਈਡ, ਇੱਕ ਕੁੰਡਾ ਉਲਟਾ, ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ, ਦੋ ਕੁੰਡੇ ਉਲਟੇ। ਸਿੱਧੀ ਸਿਲਾਈ ਕੰਪਲੀਟ ਹੋ ਗਈ। ਦੂਸਰੀ ਸਿਲਾਈ ਉਲਟੀ ਸਾਈਡ, ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ, ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ। ਸਿੱਧੀ ਸਾਈਡ ਤੋਂ ਇਹ ਦੋ ਕੁੰਡਿਆਂ ਦੀ ਆਪਣੇ ਕੇਬਲ ਬਦਲੀ ਕੀਤੀ ਸੀ, ਉਲਟੀ ਸਾਈਡ ਤੋਂ ਵੀ ਇਹਨਾਂ ਦੋ ਕੁੰਡਿਆਂ ਦੀ ਕੇਬਲ ਬਦਲੀ ਕਰਾਂਗੇ। ਇਹ ਦੇਖੋ ਜਿਹੜਾ ਇਹ ਦੂਸਰਾ ਕੁੰਡਾ ਇਹਨੂੰ ਅੱਗੇ ਲੈ ਕੇ ਆਵਾਂਗੇ, ਇਹ ਅੱਗੇ ਵਾਲਾ ਕੁੰਡਾ ਜਿਹੜਾ ਇਹਨੂੰ ਪਿੱਛੇ ਲੈ ਜਾਵਾਂਗੇ ਇਸ ਤਰ੍ਹਾਂ। ਦੋਹੇ ਕੁੰਡੇ ਉਲਟੇ ਬਣਾਂਗੇ, ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ, ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ। ਇਹ ਜਿਹੜੇ ਦੋ ਕੁੰਡਿਆਂ ਦੀ ਆਪਣੀ ਸਿੱਧੀ ਸਾਈਡ ਤੋਂ ਕੇਬਲ ਬਦਲੀ ਕੀਤੀ ਸੀ, ਉਲਟੀ ਸਾਈਡ ਤੋਂ ਵੀ ਇਹਨਾਂ ਦੀ ਕੇਬਲ ਬਦਲੀ ਕਰਾਂਗੇ। ਪਹਿਲਾ ਕੁੰਡਾ ਪਿੱਛੇ ਲੈ ਜਾਂਗੇ, ਪਿੱਛੇ ਵਾਲਾ ਕੁੰਡਾ ਅੱਗੇ, ਦੋਹੇ ਕੁੰਡੇ ਉਲਟੇ ਬਣਾਂਗੇ, ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ, ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ। ਦੋ ਕੁੰਡਿਆਂ ਦੀ ਕੇਬਲ ਬਦਲੀ ਕਰਾਂਗੇ, ਇਹ ਦੂਸਰਾ ਕੁੰਡਾ ਅੱਗੇ ਲੈ ਕੇ ਆਵਾਂਗੇ, ਅੱਗੇ ਵਾਲਾ ਕੁੰਡਾ ਪਿੱਛੇ, ਦੋਹੇ ਕੁੰਡੇ ਉਲਟੇ ਬਣਾਂਗੇ, ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ, ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ। ਇਹ ਦੋ ਕੁੰਡਿਆਂ ਦੀ ਕੇਬਲ ਬਦਲੀ ਕਰਾਂਗੇ।
के वाला कुंडा पीछे लेके जाऊंगी, पीछे वाला कुंडा इस तरह आगे लेके आऊंगी, दोहे कुंडे उल्टे बुनाएंगे। धागा दूसरी साइड एक कुंडा सीधा, धागा अपनी साइड एक कुंडा उल्टा, धागा दूसरी साइड एक कुंडा सीधा, धागा अपनी साइड ते लास्ट का कुंडा उल्टा। ये दो सिलाइयों बार बार रिपीट करते जाओ तो शानदार डिजाइन तैयार करते जाओ। वीडियो में लाइक शेयर और चैनल सब्सक्राइब जरूर करो जी। थैंक यू।